ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇੱਕ ਹੋਰ ਨਵੀਂ ਖਬਰ ਲੈ ਕੇ ਹਾਜ਼ਰ ਹਾਂ ਜੀ ਘਰ ਵਾਲੀ ਨੂੰ ਅਲਮਾਰੀ ਚੋਂ ਮਿਲੀ ਅਜਿਹੀ ਚੀਜ਼ ਕਿ ਵਸਦਾ ਘਰ ਉੱਜੜ ਗਿਆ ਹਰ ਪਾਸੇ ਚਰਚਾ ਹੋ ਰਹੀ ਹੈ ਜੀ ਵੀਡੀਓ ਦੀ ਅੰਤ ਤੱਕ ਦੇਖਿਓ ਤਾਂ ਜੋ ਤੁਹਾਨੂੰ ਪੂਰੀ ਖਬਰ ਨੂੰ ਪਤਾ ਲੱਗ ਸਕੇ ਆਪਣੀ ਰਾਇ ਵੀ ਵੀਡੀਓ ਦੇ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਣੀ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਪੰਜਾਬ ਵਾਸੀ ਸੁਚੇਤ ਹੋ ਸਕਣ ਕਿਹਾ ਜਾਂਦਾ ਹੈ ਕਿ ਪਤੀ ਪਤਨੀ ਦੇ ਰਿਸ਼ਤੇ ਰੱਬ ਦੇ ਵੱਲੋਂ ਸਵਰਗਾਂ ਵਿੱਚ ਬਣਾਏ ਜਾਂਦੇ ਹਨ ਜਿਨ੍ਹਾਂ ਨੂੰ ਧਰਤੀ ਤੇ ਆ ਕੇ ਨਿਭਾਇਆ ਜਾਂਦਾ ਹੈ ਅੱਜ ਕੱਲ੍ਹ ਦੇ ਰਿਸ਼ਤਿਆਂ ਵਿੱਚ ਬਹੁਤ ਅੰਤਰਾ ਆ ਚੁੱਕਾ ਹੈ ਰਿਸ਼ਤੇ ਹਮੇਸ਼ਾ ਸੱਚ ਦੀ ਨੀਤ ਤੇ ਟਿਕੇ ਹੁੰਦੇ ਹਨ ਤੇ ਇਸ ਦੇ ਵਿੱਚ ਲੱਗੀ ਝੂਠ ਦੀ ਇੱਕ ਇੱਟ ਪੂਰੇ ਰਿਸ਼ਤੇ ਨੂੰ ਤਹਸਨੈਸ ਕਰ ਦਿੰਦੀ ਆ ਬੀਤੇ ਦਿਨੀ ਇੱਕ ਅਜੀਹਾ ਹੀ ਮਾਮਲਾ ਲੁਧਿਆਣਾ ਸ਼ਹਿਰ ਤੋਂ ਸੁਣਨ ਵਿੱਚ ਆਇਆ ਨਵ ਵਿਆਹ ਕੇ ਆਈ ਹੋਈ ਲੜਕੀ ਨੂੰ ਏ ਨਹੀਂ ਪਤਾ ਸੀ ਕਿ ਚੰਦ ਮਹੀਨਿਆਂ ਵਿੱਚ ਹੀ ਉਸ ਦੀਆਂ ਖੁਸ਼ੀਆਂ ਨੂੰ ਨਜ਼ਰ ਲੱਗ ਜਾਵੇਗੀ ਦਰਅਸਲ ਨਵ ਵਿਆਹੁਤਾ ਦੀਆਂ ਸਾਰੀਆਂ ਸਦਰਾਂ ਉਸ ਵੇਲੇ ਮਿੱਟੀ ਵਿੱਚ ਰੁਲ ਗਈਆਂ ਜਦੋਂ ਉਸ ਨੇ ਆਪਣੇ ਪਤੀ ਦੀ ਅਲਮਾਰੀ ਦੇ ਵਿੱਚ ਉਸ ਦੀ ਪਹਿਲੀ ਪਤਨੀ ਦੀਆਂ ਤਸਵੀਰਾਂ ਵੇਖੀਆਂ ਪਤੀ ਨੇ ਉਸ ਲੜਕੀ ਨੂੰ ਧੋਖੇ ਦੇ ਵਿੱਚ ਬਿਨਾ ਤਲਾਕ ਕਰਵਾਏ ਦੂਸਰਾ ਵਿਆਹ ਕਰਵਾ ਲਿਆ ਸੀ ਤੇ ਗੋਪਾਲ ਨਗਰ ਦੀ ਰਹਿਣ ਵਾਲੀ 25 ਸਾਲਾਂ ਬੇਬੀ ਦੀ ਸ਼ਿਕਾਇਤ ਤੇ ਹੈਬੋਵਾਲ ਪੁਲਿਸ ਨੇ ਦੁਰਾਹਾ ਦੇ ਰਹਿਣ ਵਾਲੇ ਸੰਨੀ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸੰਨੀ ਫਿਲਹਾਲ ਘਰ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਬੇਬੀ ਨੇ ਦੱਸਿਆ ਕਿ ਇਸੇ ਸਾਲ ਅਪ੍ਰੈਲ ਮਹੀਨੇ ਦੀ 27 ਤਰੀਕ ਨੂੰ ਉਸਦਾ ਵਿਆਹ ਸੰਨੀ ਨਾਲ ਹੋਇਆ ਸੀ ਤੇ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਸੰਨੀ ਆਪਣੀ ਪਤਨੀ ਦੇ ਨਾਲ ਲੜਾਈ ਝਗੜਾ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਬਾਰੇ ਬੇਬੀ ਵੱਲੋਂ ਆਪਣੇ ਘਰਦਿਆਂ ਨਾਲ ਕਦੇ ਵੀ ਗੱਲਬਾਤ ਨਹੀਂ ਕੀਤੀ ਗਈ ਉਹ ਚੁੱਪਚਾਪ ਸਹਿੰਦੀ ਰਹੀ। ਬੀਤੇ ਦਿਨੀ ਜਦੋਂ ਉਹ ਸਫਾਈ ਕਰ ਰਹੀ ਸੀ ਤਾਂ ਅਲਮਾਰੀ ਦੇ ਵਿੱਚ ਉਸ ਨੂੰ ਸੰਨੀ ਅਤੇ ਉਸ ਦੀ ਪਹਿਲੀ ਪਤਨੀ ਦੀ ਤਸਵੀਰ ਮਿਲੀ ਜਿਸ ਨੂੰ ਦੇਖ ਕੇ ਬੇਬੀ ਦੀ ਹੋਸ਼ ਛੁੱਟ ਗਈ ਜਦੋਂ ਉਸ ਨੇ ਇਸ ਦੇ ਬਾਰੇ ਆਪਣੇ ਪਤੀ ਨੂੰ ਪੁੱਛਿਆ ਤਾਂ ਉਸ ਨੂੰ ਜਵਾਬ ਦੇਣ ਦੀ ਬਜਾਏ ਸੰਨੀ ਨੇ ਉਸ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਬੇਬੀ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਉੱਥੋਂ ਨਿਕਲਾਈ ਜਿਸ ਤੋਂ ਬਾਅਦ ਪੁਲਿਸ ਕੰਪਲੀਟ ਦੇ ਵਿੱਚ ਗੱਲ ਸਾਹਮਣੇ ਆਈ ਹੈ ਕਿ ਸੰਨੀ ਦਾ ਸੋਨੀਆ ਨਾਮ ਦੀ ਕੁੜੀ ਦੇ ਨਾਲ ਪਹਿਲਾਂ ਵੀ ਵਿਆਹ ਹੋ ਚੁੱਕਾ ਸੀ ਤੇ ਉਸ ਨੂੰ ਤਲਾਕ ਦਿੱਤੇ ਬਿਨਾਂ ਬੇਬੀ ਦੇ ਨਾਲ ਉਸ ਨੇ ਦੂਸਰਾ ਵਿਆਹ ਕਰਵਾ ਲਿਆ